ਮੈਂ ਕੱਲ ਜਾਂ ਪਰਸੋਂ ਨੂੰ ਟੋਲ ਬੰਦ ਕਰੂੰਗਾ। ਹੁਣ ਮੈਂ ਸਖ਼ਤ ਚੇਤਾਵਨੀ ਦਿੱਤੀ ਪ੍ਰਸ਼ਾਸਨ ਨੂੰ, ਨਾਲੇ ਹੁਣ ਜਿਹੜਾ ਪਾਣੀ ਦਾ ਹੱਲ ਨਾ ਕੱਢਿਆ ਗਿਆ। 5 ਮੌਤਾਂ ਹੋ ਗਈਆਂ ਤੂੰ ਪਹਿਲਾਂ ਇੱਥੇ ਯਾਰ, ਕੋਈ ਵੀ ਬੰਦਾ ਇੱਥੇ ਬੋਲਣ ਨੂੰ ਤਿਆਰ ਨਹੀਂ। ਮੰਤਰੀ ਇੱਥੋਂ ਲੰਘੇ ਜਾਂਦੇ, ਲੀਡਰ ਇੱਥੋਂ ਲੰਘੇ ਜਾਂਦੇ ਨੇ। ਨੈਸ਼ਨਲ ਹਾਈਵੇ ਆਫ ਅਥਾਰਟੀ ਦੇ ਪੰਜਾਬ 'ਚ ਅਨੇਕਾਂ ਹੀ ਟੋਲ ਪਲਾਜ਼ੇ ਚੱਲ ਰਹੇ ਨੇ। ਲੋਕਾਂ ਤੋਂ ਹਰ ਟੋਲ ਪਲਾਜ਼ਾ 'ਤੇ ਮੋਟੀ ਰਕਮ ਵੀ ਵਸੂਲੀ ਜਾਂਦੀ ਹੈ, ਜਿਸ ਦੇ ਵਿੱਚ ਟੋਲ ਪਲਾਜ਼ਾ ਕੰਪਨੀ ਵੱਲੋਂ ਸੜਕਾਂ ਦੀ ਮੁਰੰਮਤ ਕਰਵਾਉਣੀ ਹੁੰਦੀ ਹੈ। ਪਰ ਬਹੁਤੀਆਂ ਥਾਵਾਂ 'ਤੇ ਅਜਿਹਾ ਨਹੀਂ ਹੁੰਦਾ ਅਤੇ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਅਜਿਹੀ ਇੱਕ ਸੜਕ ਬਰਨਾਲਾ ਜ਼ਿਲ੍ਹੇ 'ਚ ਪੈਂਦੇ ਬੜਬੜ ਟੋਲ ਪਲਾਜ਼ਾ ਨੇੜੇ, ਜਿਸ ਦਾ ਮੁੱਦਾ ਹੁਣ ਪਾਨਾ ਸਿੱਧੂ ਵੱਲੋਂ ਚੁੱਕਿਆ ਗਿਆ, ਜਿਸ ਨੇ ਮਸਲਾ ਨਾ ਹੱਲ ਹੋਣ 'ਤੇ ਟੋਲ ਪਲਾਜ਼ਾ ਜਾਮ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਨੈਸ਼ਨਲ ਹਾਈਵੇ ਨੂੰ ਸਖ਼ਤ ਚੇਤਾਵਨੀ ਆ, ਧਿਆਨ ਨਾਲ ਗੱਲ ਸੁਣ ਲੈ। ਮੈਂ ਕੱਲ ਨੂੰ ਜਾਂ ਪਰਸੋਂ ਨੂੰ ਟੋਲਾਂ ਦਾ ਟੋਲ ਬੰਦ ਕਰੂੰਗਾ। ਜੇ ਆ ਪਾਣੀ ਦਾ ਹੱਲ ਕੱਲ ਜਾਂ ਪਰਸੋਂ ਤੱਕ ਨਾ ਕੀਤਾ ਗਿਆ, ਮੌਤਾਂ ਤੁਹਾਨੂੰ ਪਤਾ ਕਿੰਨੀਆਂ ਹੋ ਗਈਆਂ ਪਾਣੀ ਦੇ ਨਾਲ, ਸੜਕ ਦਾ ਸਾਰਾ ਪਾਣੀ ਚੜ ਜਾਂਦਾ। ਕੱਲ ਨੂੰ ਜਾਂ ਪਰਸੋਂ ਨੂੰ ਮੇਰੀ ਤਰੀਕ ਆ, ਕੱਲ ਨੂੰ ਮੈਂ ਹੋ ਸਕਦਾ ਜਾਂ ਪਰਸੋਂ ਨੂੰ ਟੋਲ ਬੰਦ ਕਰੂੰਗਾ। ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਆ, ਪ੍ਰਸ਼ਾਸਨ ਜਿਵੇਂ ਮਰਜ਼ੀ ਨੈਸ਼ਨਲ ਹਾਈਵੇ ਤੋਂ ਪਾਣੀ ਦਾ ਹੱਲ ਕਢਾਵੇ। ਮੈਂ ਕੱਲ ਜਾਂ ਪਰਸੋਂ ਨੂੰ ਟੋਲ ਬੰਦ ਕਰੂੰਗਾ। ਹੁਣ ਮੈਂ ਸਖ਼ਤ ਚੇਤਾਵਨੀ ਦਿੱਤੀ ਪ੍ਰਸ਼ਾਸਨ ਨੂੰ, ਨਾਲੇ ਹੁਣ ਜਿਹਾ ਪਾਣੀ ਦਾ ਹੱਲ ਨਾ ਕੱਢਿਆ ਗਿਆ। ਮੈਂ ਸਖ਼ਤ ਚੇਤਾਵਨੀ ਆ ਮੇਰੀ, 5 ਮੌਤਾਂ ਹੋ ਗਈਆਂ ਤੂੰ ਪਹਿਲਾਂ ਇੱਥੇ ਯਾਰ, ਕੋਈ ਵੀ ਬੰਦਾ ਇੱਥੋਂ ਬੋਲਣ ਨੂੰ ਤਿਆਰ ਨਹੀਂ। ਮੰਤਰੀ ਇੱਥੋਂ ਲੰਘੇ ਜਾਂਦੇ, ਲੀਡਰ ਇੱਥੋਂ ਲੰਘੇ ਜਾਂਦੇ ਨੇ, ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ। 5 ਮੌਤਾਂ ਹੋ ਗਈਆਂ ਤੂੰ, 5 ਮੌਤਾਂ ਪਰਸੋਂ ਮੌਤ ਹੋਈ ਆ, ਇਹ ਤੂੰ ਪਹਿਲਾਂ ਮੌਤ ਹੋਈ ਆ ਆਹ ਪਾਣੀ ਕਰਕੇ। ਆਹ ਸਖ਼ਤ ਚੇਤਾਵਨੀ ਹੁਣ ਮੇਰੀ, ਫਿਰ ਨਾ ਕਿਹੋ ਵੀ ਉਹਨੇ ਭਾਨਾ ਹੋ ਕੇ ਇੱਥੇ ਟੋਲ 'ਤੇ ਰੌਲਾ ਪਾਉਂਦਾ। ਟੋਲ ਬੰਦ ਕਰੂੰਗਾ ਮੈਂ, ਕਾਹਦਾ ਟੈਕਸ ਲੈ ਰਹੇ ਹੋ ਤੁਸੀਂ? ਜਦੋਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਰਹੇ, ਮੈਂ ਬੰਦ ਕਰੂੰ ਹੁਣ ਟੋਲ ਸਖ਼ਤ ਚੇਤਾਵਨੀ ਆ ਪਾਣੀ ਉੱਤੇ ਮਾਰ ਦਿੰਦਾ ਸਕੂਟਰ, ਇੱਧਰ ਹੋ ਜਾਂਦਾ ਸਕੂਟਰ ਲੰਘਣ ਨੂੰ ਥਾਂ ਨਹੀਂ ਹੈਗਾ, ਤੇ ਮੋਟਰਸਾਈਕਲ ਕਿੱਥੋਂ ਲੰਘੂਗਾ? ਨਾਲੇ ਲੜਦੇ ਨੇ ਕਲੇਸ਼ ਬੰਦਾ ਗੱਡੀ ਵਾਲਾ, ਵੀ ਤੂੰ ਮੂਹਰੇ ਕਰਤਾ, ਉਹ ਕੀ ਕਰੇ ਗਰੀਬ? ਕੱਲ ਇੱਥੇ ਬੁੜੀ ਤੇ ਜਨਾਨੀ ਐ ਭਿੱਜ ਗਏ, ਡਿੱਗੇ ਪਏ ਵਿਚਾਰੇ, ਪਾਣੀ ਸਾਰਾ ਭਿੱਜ ਗਿਆ, ਮਸਾਂ ਬਚੇ ਵਿਚਾਰੇ। ਉਹ ਸਕੂਟਰਾਂ ਦਾ ਤਾਂ ਬਹੁਤ ਬੁਰਾ ਹਾਲ ਹੈ, ਨਾ ਇੱਧਰ ਕਰ ਸਕਦੇ ਨਾ ਇੱਧਰ ਕਰਦੇ, ਗੱਡੀ ਤਾਂ ਵੱਡੀ ਹੁੰਦੀ ਨਿਕਲੇ ਆਉਂਦੀ ਹੈ, ਥੱਲੇ ਇੰਨੀ ਗਾਰ ਆ ਇਹਦੀ, ਸਲਿੱਪ ਹੋ ਜਾਂਦਾ ਸਕੂਟਰ। ਕੱਲ ਨੂੰ ਪਾ ਦੂ ਬਾਬੂ ਪੜਾਕੇ, ਤੂੰ ਫਿਕਰ ਨਾ ਕਰ, ਪਾ ਲਿਆ ਹੱਥ ਮੈਂ। ਲਾਈਟਾਂ ਲਾਈਆਂ ਨੇ ਕਾਸ ਵਾਸਤੇ, ਲਾਈਆਂ ਨੇ ਚੱਲਦੀਆਂ ਨੇ ਲਾਈਟਾਂ, ਕਾਹ ਨੂੰ ਚਲਾਉਂਦੇ ਨੇ ਹੁਣ? ਕੱਲ ਜਦੋਂ ਆਹ ਐਕਸੀਡੈਂਟ ਵੱਡਾ ਹੋਇਆ ਤਾਂ ਮਾੜੇ ਜਿਹੇ ਲੱਗੇ ਨੇ, ਬੰਦ ਰਹਿੰਦੀਆਂ ਨੇ। ਲੈ ਵੀ ਕੱਲ ਨੂੰ ਟੋਲ, ਕੱਲ ਨੂੰ ਸਵੇਰੇ ਹੀ ਮੈਂ ਲਾਦਾ, ਕੱਲ ਨੂੰ ਆਪਣੀ ਪੀਕ ਤਾਂ ਨਹੀਂ ਕੋਈ, ਕੱਲ ਨੂੰ ਹੀ ਹੋ ਸਕਦਾ, ਕੱਲ ਨੂੰ ਮੈਂ ਟੋਲ ਬੰਦ ਕਰੂੰਗਾ। ਲੈ ਹੁਣ ਤੁਸੀਂ ਦੇਖ ਲਿਓ ਫਿਰ ਪੜਾਕੇ ਪੈਂਦੇ ਕਿਵੇਂ ਪੈਣਗੇ, ਇਹ ਤੁਸੀਂ ਦੇਖ ਲਿਓ ਹੁਣ। ਪਾਨਾ ਸਿੱਧੂ ਦਾ ਇਲਜ਼ਾਮ ਹੈ ਕਿ ਨੈਸ਼ਨਲ ਹਾਈਵੇ 'ਤੇ ਲੰਮੇ ਸਮੇਂ ਤੋਂ ਵੱਡੀ ਪੱਧਰ 'ਤੇ ਗੰਦਾ ਪਾਣੀ ਖੜਿਆ ਹੋਇਆ, ਜੋ ਕਿ ਹੁਣ ਗਾਰ ਦਾ ਰੂਪ ਧਾਰਨ ਕਰ ਚੁੱਕਿਆ, ਅਤੇ ਇਸੇ ਪਾਣੀ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਆਏ ਦਿਨ ਪਾਣੀ ਕਾਰਨ ਦੁਪਹੀਆ ਵਾਹਨਾਂ ਵਾਲੇ ਹਾਦਸਾ ਗ੍ਰਸਤ ਹੋ ਜਾਂਦੇ ਨੇ, ਅਤੇ ਟੋਲ ਪਲਾਜ਼ਾ ਕੰਪਨੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਜਿਹੜਾ ਨੈਸ਼ਨਲ ਹਾਈਵੇ ਹੈ, ਇਹ ਤੁਹਾਨੂੰ ਪਤਾ ਕਿ ਬਠਿੰਡਾ ਚੰਡੀਗੜ੍ਹ ਨੂੰ ਜਿਹੜਾ ਹਾਈਵੇ ਜਾਂਦਾ, ਕਿੰਨਾ ਹਾਈਵੇ ਚੱਲਦਾ ਹੈ। ਇੱਥੇ ਮੈਂ ਗੱਲ ਕਰਨੀ ਆ ਬੜਬੜ ਦੀ, ਗੱਲ ਕਰਨੀ ਆ ਬੜਬੜ ਦਾ, ਜਿਹੜਾ ਅੱਗੇ ਹੀ ਟੋਲ ਪਲਾਜ਼ਾ ਬੜਬੜ ਦੇ ਧਨੌਲੇ ਦੇ ਵਿਚਾਲੇ ਆ ਜਿਹੜਾ ਪਾਣੀ ਹੈ, ਇਹ ਪਾਣੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡੇ ਦੀ ਜਾਨ ਲੈ ਲਈ, ਜਾਨ ਇੰਨੀ ਲੈ ਕੇ ਤੁਸੀਂ ਦੇਖ ਲਓ ਵੀ ਸੜਕ ਤੀਕਰ ਸਾਰਾ ਇਹ ਪਾਣੀ ਨਾਲ ਸੜਕ ਭਰ ਜਾਂਦੀ ਹੈ, ਜੋ ਸੜਕ ਸਾਰੀ ਪਾਣੀ ਨਾਲ ਭਰ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਸਾਡੇ ਪਿੰਡ ਦਾ ਮੁੰਡਾ ਪ੍ਰਾਹੁਣਾ ਸੀਗਾ, ਪਤਾ ਨਹੀਂ ਇੱਧਰ ਮੁੰਡਾ ਵਿਆਹ ਹੋਇਆ ਸੀਗਾ, ਸਾਡੇ ਪਿੰਡ ਮੁੰਡਾ ਵਿਆਹ ਹੋ ਗਿਆ, ਇੱਧਰ ਕਿਸੇ ਹੋਰ ਪਿੰਡ ਦਾ ਮੁੰਡਾ ਸੀ, ਮੇਰੇ ਨਾਂ ਭੁੱਲ ਗਿਆ ਉਹ ਕਿਹੜੇ ਪਿੰਡ ਦਾ ਮੁੰਡਾ। ਜਦੋਂ ਬੰਦੇ ਨੇ, ਉਹਨੇ ਮੁੰਡੇ ਨੇ ਕੀ ਕਰਿਆ, ਇੱਧਰ ਪਾਣੀ ਖੜਾ ਸੀਗਾ,
ਪਾਣੀ ਦੇ ਨਾਲ ਜਦੋਂ ਉੱਤਰ ਉਹਨੇ ਵਾਈਪਰ ਮਾਰਿਆ ਤਾਂ ਗੱਡੀ ਉੱਪਰ ਜਾ ਚੜ੍ਹ ਗਈ, ਐਕਸੀਡੈਂਟ ਹੋ ਗਿਆ। ਅੱਜ ਤੱਕ ਇਹ ਮੁੱਦੇ ਦੇ ਉੱਪਰ ਕੋਈ ਬੰਦਾ ਨਹੀਂ ਬੋਲਿਆ। ਇਹ ਜਿਹੜੀ ਜ਼ਿੰਮੇਵਾਰੀ ਹੈ ਨੈਸ਼ਨਲ ਹਾਈਵੇ ਦੀ ਹੈ, ਇਹ ਪਿੰਡ ਨਾਲ ਜਿਵੇਂ ਮਰਜ਼ੀ ਕਰਕੇ ਨਾ ਪਾਣੀ ਦਾ ਹੱਲ ਪਿੰਡ ਦਾ ਜਿਵੇਂ ਮਰਜ਼ੀ ਦਾ ਮਰਜ਼ੀ ਪਾਣੀ ਦਾ ਪਿੰਡ ਦਾ ਹੱਲ ਕੀਤਾ ਜਾਵੇ, ਤੇ ਅਸਲ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਹਾਈਵੇ ਦੀ ਜ਼ਿੰਮੇਵਾਰੀ ਹੈ, ਨੈਸ਼ਨਲ ਹਾਈਵੇ ਦੀ। ਜਿਹੜਾ ਸਾਰਾ ਪਾਣੀ ਆ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੁੰਡੇ ਦਾ ਐਕਸੀਡੈਂਟ ਹੋਇਆ, ਉਹਦਾ ਜ਼ਿੰਮੇਵਾਰ ਨੈਸ਼ਨਲ ਹਾਈਵੇ ਹੈ, ਕਿਉਂਕਿ ਟੋਲ ਪਲਾਜ਼ੇ ਤੇ ਉੱਥੇ ਘੇਰ ਕੇ ਤੁਹਾਨੂੰ ਪਤਾ ਕਿ 150-150 ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇਗੀਆਂ। ਬਠਿੰਡੇ ਤੋਂ ਜਦੋਂ ਅਸੀਂ ਚੱਲਦੇ ਹਾਂ ਤਾਂ ਚੰਡੀਗੜ੍ਹ ਤੱਕ ਜਿਹੜੇ 5 ਟੋਲ ਲੱਗਦੇ ਨੇ, ਜਿਹੜੇ 5 ਟੋਲ ਲੱਗਦੇ ਨੇਗੇ, ਉਨਾ ਗੱਡੀ ਦਾ ਤੇਲ ਨਹੀਂ ਵੱਜਦਾ ਜਿੰਨਾ ਉਹਦਾ ਟੋਲਾਂ ਦਾ ਖਰਚਾ, ਸਾਨੂੰ ਟੈਕਸ ਦੇਣਾ ਪੈਂਦਾ। ਇਹ ਫਿਰ ਜ਼ਿੰਮੇਵਾਰੀ ਕਿਹਦੀ ਹੈ? ਕਿਤੇ ਬਠਿੰਡੇ ਤੋਂ ਹਾਈਵੇ ਟੁੱਟਿਆ ਪਿਆ, ਕਿਤੇ ਪਟਿਆਲੇ ਤੋਂ ਹਾਈਵੇ ਟੁੱਟਿਆ ਪਿਆ, ਕਿਤੇ ਪੁਲ ਟੁੱਟੇ ਪਏ ਨੇਗੇ, ਕਿਤੇ ਸੜਕਾਂ ਟੁੱਟੀਆਂ ਪਈਆਂ ਨੇਗੀਆਂ, ਕਿਤੇ ਸੜਕਾਂ ਦੇ ਪਸ਼ੂ ਚੜੇ ਪਏ ਨੇਗੇ, ਕੋਈ ਐਂਬੂਲੈਂਸ ਨਹੀਂ ਹੈਗੀ, ਕੋਈ ਦਰਖਤਾਂ ਦੇ ਵਿੱਚ ਪਾਣੀ ਨਹੀਂ ਪਾਇਆ ਜਾਂਦਾ, ਕੋਈ ਲਾਈਟਾਂ ਨਹੀਂ ਚੱਲਦੀਆਂ। ਹੁਣ ਇਹ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਕਦੋਂ ਇਹ ਗੱਲਾਂ ਦੇ ਬੋਲੂਗੀ? ਤੀਜੇ ਦਿਨ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਕਹਿੰਦਾ ਮੈਂ ਆਹ ਟੋਲ ਬੰਦ ਕਰਤਾ, ਮੈਂ ਆਹ ਟੋਲ ਬੰਦ ਕਰਤਾ। ਜਿਹੜੇ ਟੋਲ ਬੰਦ ਹੋਣ ਵਾਲੇ ਸੀ ਤਾਂ ਬੰਦ ਹੋਣ ਵਾਲੇ ਹੈਗੇ ਸੀਗੇ, ਪਰ ਆਹ ਗੱਲਾਂ ਤੇ ਕੌਣ ਗੌਰ ਕਰੂਗਾ? ਆਹ ਗੱਲਾਂ ਤੇ ਦੱਸੋ, ਲਾਈਟਾਂ ਤੇ ਕੌਣ ਕਰੂਗਾ? ਟੋਲ ਮੈਂ ਤੁਹਾਨੂੰ ਸਾਰੇ ਪੰਜਾਬੀ ਨੂੰ ਦੱਸਦਾ, ਟੋਲ ਲੱਗਦੇ ਕਾਹਦੇ ਨੇਗੇ? ਟੋਲ ਲੱਗਣ ਦਾ ਇੱਕੋ ਹੀ ਕਾਰਨ ਹੈ ਕਿ ਲੋਕਾਂ ਨੂੰ ਜਿਹੜਾ ਸੜਕਾਂ ਗੱਡੀਆਂ ਦੇ ਉੱਪਰ ਚੱਲਦੇ ਉਹਨਾਂ ਨੂੰ ਸਹੂਲਤਾਂ ਹੋਣ। ਜੇ 1 ਮਿੰਟ ਵੀ ਗੱਡੀ, 5 ਮਿੰਟ ਵੀ ਗੱਡੀ ਕਿਤੇ ਰਾਹ ਦੇ ਵਿੱਚ ਖੜਦੀ ਹੈ ਤਾਂ ਟੋਲ ਨਹੀਂ ਲੱਗਣਾ ਚਾਹੀਦਾ, ਕੋਈ ਟੋਆ ਨਹੀਂ ਹੋਣਾ ਚਾਹੀਦਾ, ਐਂਬੂਲੈਂਸ ਖੜੀ ਹੋਣੀ ਚਾਹੀਦੀ ਆ, ਲਾਈਟਾਂ ਚੱਲਦੇ ਹੋਣੇ ਚਾਹੀਦੀਆਂ ਨੇਗੀਆਂ, ਤੇ ਜਿਹੜਾ ਟੋ ਵਾਲੀ ਗੱਡੀ ਹੋਣੀ ਚਾਹੀਦੀ ਆ, ਉਹਨਾਂ ਚੀਜ਼ਾਂ ਦਾ ਜਿਹੜਾ ਟੈਕਸ ਲੱਗਦਾ ਸਾਨੂੰ। ਟੈਕਸ ਤਾਂ ਅਸੀਂ ਜਿਹੜਾ ਅਸੀਂ ਗੱਲ ਕਰੀਏ ਗੱਡੀ ਜਦੋਂ ਅਸੀਂ ਕਢਾਉਂਦੇ ਹਾਂ, ਟੈਕਸ ਤਾਂ ਪਹਿਲਾਂ ਹੀ ਬਹੁਤ ਭਰ ਦਿੰਦੇ ਹਾਂ। ਇਹ ਗੱਲਾਂ ਤੇ ਅੱਜ ਤੱਕ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ। ਜੇ ਨੈਸ਼ਨਲ ਹਾਈਵੇ ਆਹ ਪਾਣੀ ਦਾ ਹੱਲ ਨਹੀਂ ਕਰਦਾ ਤਾਂ ਮੈਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਧਰਨਾ ਕੱਢਾਂਗੇ। ਫੇਰ ਨਾ ਕਿਹੋ ਮੇਰੀ ਸਰਕਾਰ ਨੂੰ, ਮੇਰੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ, ਆਹ ਪਾਣੀ ਕਰਕੇ ਇੱਕ ਮੁੰਡਾ ਮਰ ਗਿਆ, ਮੈਂ ਉਹ ਹਾਈਵੇ ਮੈਂ ਉਹ ਟੋਲ ਟੈਕਸ ਤੋਂ ਬੰਦ ਕਰੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਗੱਲ ਧਿਆਨ ਨਾਲ ਸੁਣ ਲਿਆ ਮੇਰੀ, ਮੈਂ ਟੋਲ ਟੈਕਸ ਮੈਂ ਉਹ ਬੰਦ ਕਰੂੰਗਾ ਜੇ ਆਹ ਪਾਣੀ ਦਾ ਹੱਲ ਨਾ ਕੀਤਾ ਗਿਆ। ਨੈਸ਼ਨਲ ਹਾਈਵੇ ਜਿਵੇਂ ਮਰਜ਼ੀ ਉਹਦਾ ਪਾਣੀ ਦਾ ਹੱਲ ਕਰੇ, ਇਸ ਪਾਣੀ ਨੇ ਸਾਡੇ ਇੱਕ ਮੁੰਡੇ ਦੀ ਜਾਨ ਲੈ ਲਈ ਪਿਛਲੇ ਦਿਨਾਂ ਦੇ ਵਿੱਚ। ਇਹ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਟੋਲ ਬੰਦ ਕਰਨਾ, ਤੇ ਉਹ ਜਿਹੜਾ ਆਪਣਾ ਪਿਛਲੇ ਜਿਹੜਾ ਪਟਿਆਲੇ ਵਾਲਾ ਬਾਈਪਾਸ ਹੈ ਉਹ ਟੋਲ ਨੇ ਮੇਰੀ ਸਖ਼ਤ ਚੇਤਾਵਨੀ ਆ, ਉੱਥੇ ਵੀ ਜੋ ਬਾਈਪਾਸ ਦਾ ਜਿਹੜਾ ਉੱਤੇ ਪੁਲ ਟੁੱਟਿਆ ਪਿਆ ਜੋ ਨਾ ਬੰਨਿਆ ਗਿਆ ਤਾਂ ਮੈਂ ਉਹ ਵੀ ਟੋਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰੂੰਗਾ। ਆਹ ਮੇਰੀ ਸਖ਼ਤ ਚੇਤਾਵਨੀ, ਤੇ ਬਰਨਾਲਾ ਪ੍ਰਸ਼ਾਸਨ ਇਹ ਗੱਲ ਨੂੰ ਸੁਣ ਲਏ, ਬਰਨਾਲਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ, ਆਹ ਜਿਹੜਾ ਪਾਣੀ ਦੇ ਇੱਕ ਮੁੰਡੇ ਦੀ ਜਾਨ ਲੈ ਲਈ, ਆਹ ਦੇਖ ਲਓ ਕਿੰਨਾ ਪਾਣੀ ਖੜਾ ਮੇਰੀ ਇਸ ਦੌਰਾਨ ਇਲਾਕਾ ਵਾਸੀਆਂ ਨੇ ਵੀ ਮੰਨਿਆ ਕਿ ਪਾਣੀ ਕਾਰਨ ਰੋਜ਼ਾਨਾ ਹਾਦਸੇ ਹੁੰਦੇ ਨੇ ਅਤੇ ਕਈਆਂ ਦੀ ਜਾਨ ਵੀ ਇਹ ਪਾਣੀ ਲੈ ਚੁੱਕਿਆ ਹੈ। ਇਹ ਬਾਪੂ ਆਇਆ ਇੱਥੇ ਖੜਾ, ਕਹਿੰਦਾ ਮੇਰੀ ਵੀ ਜਾਨ ਲੱਗਣੀ ਸੀ ਬੜਪੁਰ ਦੇ ਮੁੰਡਿਆਂ ਨੂੰ ਪੁੱਛ ਲਓ, ਇਤਨਾ ਬਾਤ ਨਹੀਂ ਹੈ ਜਿਹੜੀ ਮੋਟਰ ਹੈ ਮੇਰੀ ਜਿਹੜਾ ਪਾਣੀ ਦਾ ਹੱਲ ਅੱਜ ਤੱਕ ਇਹ ਇੱਥੋਂ ਸ਼ਰਮ ਹੋਣੀ ਚਾਹੀਦੀ ਹੈ। ਫਿਰ ਕਹਿੰਦੇ ਭਾਨਾ ਬੋਲਦਾ, ਕੋਈ ਮੰਤਰੀ ਇੱਥੇ, ਸਾਰੇ ਮੁੱਖ ਮੰਤਰੀ, ਕੱਲ ਮੁੱਖ ਮੰਤਰੀ ਲੰਘ ਕੇ ਗਿਆ ਇੱਥੋਂ, ਕੋਈ ਬੋਲਦਾ ਪਾਣੀ ਤੇ? ਬੋਲਿਆ ਪਾਣੀ ਤੇ? ਇਹ ਪਾਣੀ ਇੱਥੇ ਤੱਕ ਵਗ ਗਿਆ, ਪਿੰਡ ਦੇ ਮੁੰਡੇ ਦੀ ਜਾਨ ਲੈ ਲਈ। ਯਾਰ ਕਿਹੜੇ ਪਿੰਡ ਦਾ ਮੁੰਡਾ ਸੀਗਾ ਉਹ? ਕਾਲੇ ਕਹਿੰਦਾ ਮੁੰਡਾ ਸੀ, ਮੈਂ ਵੀ ਸੀ ਜਿਹੜਾ ਮਰਿਆ ਮੁੰਡਾ। ਪਾਣੀ ਨਾਲ 4-5 ਕਹਿੰਦੇ ਮੌਤਾਂ ਹੋ ਗਈਆਂ ਪਿਛਲੇ ਦਿਨਾਂ ਦੇ ਵਿੱਚ, ਮੌਤ ਹੋ ਕੇ ਹਟੀ ਆ। ਮੇਰੇ ਕੱਪੜੇ ਘਰੇ ਪਏ, ਸਰਕਾਰ ਨੂੰ ਬੇਨਤੀ ਆ ਮੈਂ ਆਉਣ ਵਾਲੇ ਦਿਨਾਂ ਵਿੱਚ ਟਾਈਮ ਦਿੰਦਾ,
ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਨੈਸ਼ਨਲ ਹਾਈਵੇ ਘੇਰੂੰਗਾ, ਨੈਸ਼ਨਲ ਹਾਈਵੇ ਬੰਦ ਕਰੂੰਗਾ, ਉਹਨਾਂ ਦੇ ਵਿੱਚ ਮੇਰੇ ਸਖ਼ਤ ਚਿਤਾਵਨੀਆਂ, ਮੈਂ ਹਾਈਵੇ 'ਤੇ ਬੈਠੂੰਗਾ, ਮੈਂ ਉਹ ਘੇਰੂੰਗਾ। ਆਹ ਮੈਂ ਵੀਡੀਓ ਪਾਤੀ ਅੱਜ ਬਾੜਬਰ ਅਤੇ ਧਰੋਲੇ ਦੇ ਵਿਚਾਲੇ, ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੇਰੀ ਸਖ਼ਤ ਚਿਤਾਵਨੀਆਂ ਫੇਰ ਨਾ ਕਿਉਂ, ਆਉਣ ਵਾਲੇ 5-7 ਦਿਨਾਂ ਨੂੰ ਬੰਦ ਕਰੂੰਗਾ। ਕੱਲ ਨੂੰ ਜਿਹੜੀ ਇਹ ਹਾਈਵੇ ਬੰਦ ਕਰਦਾ ਹੈ, ਕੱਲ ਨੂੰ ਉੱਥੇ ਜਿਹੜਾ ਨਾ ਟੋਲ ਆ ਉੱਥੇ ਮੈਂ ਕੱਲ ਨੂੰ ਹੀ ਬੰਦ ਕਰਦਾ। ਫੜੀ ਮੇਰੀ ਜੀ ਵੀਡੀਓ, ਮੈਂ ਬਾਪੂ ਨੇ ਜਿਵੇਂ ਦੱਸੀ ਹੈ, ਜੇ ਮੇਰੇ ਕੋਲ ਕੱਲ ਨੂੰ ਜਾਂ ਮੈਂ ਪਰਸੋਂ ਨੂੰ ਟੋਲ ਬੰਦ ਕਰਨਾ ਇੱਥੋਂ, ਇਹ ਪਾਣੀ ਦਾ ਹੱਲ ਜੇ ਨਾ ਕੀਤਾ ਗਿਆ। ਇਹ ਮੇਰੀ ਸਖ਼ਤ ਚਿਤਾਵਨੀ ਆ, ਹਾਈਵੇ ਨੂੰ ਸੁਣ ਲਏ ਧਿਆਨ ਨਾਲ, ਨੈਸ਼ਨਲ ਹਾਈਵੇ ਮੇਰੀ ਪਰਨਾਲਾ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਆ, ਮੈਂ ਉਹ ਕੱਲ ਨੂੰ ਟੋਲ ਬੰਦ ਕਰੂੰਗਾ। ਆ ਜਾ ਬਈ ਦੱਸੀਏ ਕਿ ਟੋਲ ਪਲਾਜ਼ਾ ਪਿੰਡ ਬੜਬਰ ਅਤੇ ਧਨੌਲਾ ਦੇ ਵਿਚਾਲੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ, ਜਿਸ 'ਚ ਹੁਣ ਤੱਕ ਕਈ ਹਾਦਸੇ ਦੀਆਂ ਖਬਰਾਂ ਮਿਲ ਚੁੱਕੀਆਂ ਨੇ। ਪਰ ਵਾਕਿਆ ਹੀ ਮਹਿੰਗੀਆਂ ਪਰਚੀਆਂ ਕੱਟਣ ਵਾਲਾ ਟੋਲ ਪਲਾਜ਼ਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।